ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਜਿਹਨੇ ਔਕਾਤ ਦੇਖਣੀ ਹੋਵੇ ਉਹ ਗੂਗਲ ਤੇ ਸਰਚ ਕਰੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਕੀ ਚਾਹ ਇਸ ਡਾਕਟਰ ਨੂੰ ਸਬਕ ਸਿਖਾਉਣਾ ਪੈਣਾ ਹੈ ਰੇਟਾ ਨਾਮ ਹੀ ਕਾਫੀ ਆ ਕਿ ਸਾਡਾ ਪ੍ਰਸ਼ਾਸਨ ਸੁੱਤਿਆ ਪਿਆ ਹੈ ਤੇ ਖੁਰਕ ਖਾਦੇ ਕੁੱਤਿਆਂ ਦੇ ਲਈ ਮੇ ਗੋਲੀਆਂ ਚੱਲ ਗਈਆਂ ਫੇਰ ਇਹ ਪ੍ਰਸ਼ਾਸਨ ਸਿੱਖਾਂ ਨੂੰ ਚੱਕ ਕੇ ਅੰਦਰ ਦੇ ਨੂੰ 302 ਦਾ ਪਰਚਾ ਦਿਓ ਕੜਮ ਚੌਧਰੀ ਮਜ਼ਦੂਰਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਉਹਨਾਂ ਦੀ ਧੌਣ ਚੁੱਕ ਅੱਜ ਫੇਰ ਪੰਜਾਬੀਓ ਕੁਝ ਕਰਨਾ ਪੈਣਾ ਇਸ ਡਾਕਟਰ ਨੂੰ ਸਬਕ ਸਿਖਾਉਣਾ ਪੈਣਾ ਪਹਿਲਾਂ ਤਾਂ ਮੈਂ ਅਪੀਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਸਾਡਾ ਪ੍ਰਸ਼ਾਸਨ ਸੁੱਤਿਆ ਪਿਆ ਜਦੋਂ ਟਕਰਾਅ ਹੋ ਗਿਆ ਜਦੋਂ ਆਪਸ ਦੇ ਵਿੱਚ ਕਾਤਲ ਹੋ ਗਏ ਗੋਲੀਆਂ ਚੱਲ ਗਈਆਂ ਫੇਰ ਇਹ ਪ੍ਰਸ਼ਾਸਨ ਸਿੱਖਾਂ ਨੂੰ ਚੱਕ ਕੇ ਅੰਦਰ ਦੇ ਨੂੰ 302 ਦਾ ਪਰਚਾ ਦਿਓ ਪਹਿਲਾਂ ਪਟਿਆਲੇ ਘਟਨਾ ਹੋਈ ਹੈ ਪਰਵਾਨਾ ਹਜੇ ਤੱਕ ਅੰਦਰ ਬੈਠਾ ਪਰ ਜਦੋਂ ਸਿੱਖਾਂ ਨੂੰ ਭੜਕਾਉਣ ਵਾਲੇ ਬੰਦੇ ਸਿੱਖਾਂ ਨੂੰ ਗਲਤ ਬੋਲਣ ਵਾਲੇ ਬੰਦੇ ਤੁਸੀਂ ਪਹਿਲਾਂ ਨੱਥ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ ਬਈ ਨੱਥ ਪਾਉਣੀ ਚਾਹੀਦੀ ਹੈ ਪਹਿਲਾਂ ਪ੍ਰਸ਼ਾਸਨ ਨੂੰ ਤੇ ਫੇਰ ਤੁਸੀਂ ਨਿਰਦੋਸ਼ਿਆਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਛਾੜ ਦਿੰਦੇ ਹੋ ਆ ਡਾਕਟਰ ਜਿਹੜੇ ਅੱਜ ਬਹੁਤ ਵੱਡੀ ਮੈਂ ਤੁਹਾਨੂੰ ਦਿਖਾਦਾ ਕਿਉਂਕਿ ਇਹਦੇ ਪੱਲੇ ਇਹੀ ਹੈ ਕਿਉਂਕਿ ਇਹ ਸਰਕਾਰ ਤੋਂ ਸਿਕਿਉਰਿਟੀ ਲੈਣੀ ਚਾਹੁੰਦਾ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਡਰ ਹੈ ਮੇਰੀ ਜਾਨ ਨੂੰ ਖਤਰਾ ਹੈ ਆ ਜਦੋਂ ਭਰੇਗਾ ਇਹੋ ਜਿਹਾ ਗੰਦਮੰਦ ਬੋਲੇਗਾ ਤੇ ਫੇਰ ਡਰ ਹੋਣਾ ਹੀ ਹੈ ਫਿਰ ਸਿੱਖਾਂ ਨੂੰ ਗਲਤ ਠਹਿਰਾਇਆ ਜਾਊ ਇਹ ਧੱਕਾ ਕਰਦੇ ਆ ਜੀ ਇਹ ਤੇ ਤਲਵਾਰਾਂ ਦਿਖਾਉਂਦੇ ਆ ਜੀ ਇਹ ਐਂ ਕਰਦੇ ਸੋਧਾ ਲਾਉਣ ਦੀ ਗੱਲ ਕਰਦੇ ਆ ਜੀ ਤੇ ਫੇਰ ਦੱਸੋ ਕਰਨ ਕੀ ਜਦੋਂ ਬੈਰੀ ਘਰ ਆ ਕੇ ਲਲਕਾਰਦਾ ਹੋਵੇ ਸਿਵਿਆਂ ਚ ਪਏ ਸਾਡੇ ਪੁੱਤਾਂ ਨੂੰ ਇਹ ਬੰਦਾ ਥਲਦਾ ਹੋਵੇ ਮਾਵਾਂ ਦੇ ਕਲੇਜੇ ਦੇ ਟੁਕੜਾ ਜਿਹੜਾ ਸਿੱਧੂ ਮੂਸੇ ਵਾਲਾ ਸੀ ਉਹ ਇੱਕ ਮਾਂ ਦਾ ਨਹੀਂ ਪੂਰੀ ਦੁਨੀਆ ਚ ਮਾਵਾਂ ਵਸਦੀਆਂ ਨੇ ਜਿਹੜੀਆਂ ਉਹਨੂੰ ਯਾਦ ਕਰਦੀਆਂ ਨੇ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਡਾਕਟਰ ਹੈ ਜਿਹੜਾ ਜਾਤ ਪਾਤ ਦੇ ਵਿੱਚ ਸਾਨੂੰ ਵੰਡ ਰਿਹਾ ਯਾਰ ਮਜ਼ਦੂਰਾਂ ਤੇ ਜੱਟਾਂ ਦੇ ਆਪਸ ਵਿੱਚ ਨਫ਼ਰਤ ਫੈਲਾ ਰਿਹਾ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਸਰਕਾਰ ਕਿ ਇਸ ਬੰਦੇ ਤੇ ਕੋਈ ਪਰਚਾ ਨਹੀਂ ਹੋ ਸਕਦਾ ਜਾਂ ਇਕੱਲੇ ਨਿਰਦੋਸ਼ਾਂ ਦੇ ਪਰਚੇ ਦੇਣਾ ਜਾਣਦੇ ਹੋ ਝੂਠੇ ਪਰਚੇ ਕਰਾਉਣੇ ਜਾਣਦੇ ਹੋ ਹੁਣ ਕਿੱਧਰ ਗਈਆਂ ਸਰਕਾਰਾਂ ਜਿਹੜੀਆਂ ਕਹਿੰਦੇ ਸੀ ਇਨਕਲਾਬ ਲੈ ਕੇ ਆਵਾਂਗੇ ਫਲਾਣਾ ਲੈ ਕੇ ਆਵਾਂਗੇ ਆਹ ਦੋ ਦਿਨਾਂ ਨੂੰ ਮੈਂ ਸਿਕਿਉਰਿਟੀ ਦਿੰਦੇ ਮੈਂ ਦਿਖਾ ਦੂੰ ਆਹੀ ਆਮ ਆਦਮੀ ਪਾਰਟੀ ਸਿਕਿਉਰਿਟੀ ਦੇਊਗੀ ਇਸ ਡਾਕਟਰ ਨੂੰ ਜਿਹੜਾ ਡਾਕਟਰ ਹੋ ਰਿਹਾ ਦੋ ਦਿਨ ਹੋ ਗਏ ਤੇ ਜਦੋਂ ਕਿਸੇ ਸਿੰਘ ਦੇ ਧੱਕੇ ਚੜ ਗਿਆ ਨਾ ਫਿਰ ਤੈਨੂੰ ਪਤਾ ਵੀ ਨਹੀਂ ਲੱਗਣਾ ਸਭ ਕੁਝ ਵਿੱਚ ਹੀ ਨਿਕਲ ਜੂ ਤੇਰਾ ਜਿਹੜਾ ਤੂੰ ਖੱਚਾ ਭੋਰਦਾ ਆਹ ਸੰਤਾਂ ਬਾਰੇ ਸੁਣ ਲਓ ਇਹਦੀ ਕੀ ਬਕਵਾਸ ਹੈ ਸਾਤੀ ਤੇ ਹੱਥ ਮਾਰ ਕੇ ਕਹੀ ਜਾਂਦਾ ਅਸਲੀ ਸੂਰਮੇ ਰੀਸ ਕਰ ਲਏਗਾ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਦੀ ਤੂੰ ਸਰਕਾਰਾਂ ਦਾ ਤਲਬੇ ਚੱਟ ਤੂੰ ਏਜੰਸੀਆਂ ਦਾ ਬੰਦਾ ਏਜੰਸੀਆਂ ਸਿਰੋਂ ਤੂੰ ਘਰ ਚਲਾਉਣਾ ਆਪਦਾ ਏਜੰਸੀਆਂ ਤੈਨੂੰ ਗੱਡੀਆਂ ਦੌਲਤ ਜਾਇਦਾਦ ਲੈ ਕੇ ਦਿੰਦੀਆਂ ਨੇ ਤੂੰ ਆ ਕੌਲੀ ਜੱਟ ਸਰਕਾਰਾਂ ਦਾ ਤੇ ਸੰਤ ਜਰਨੈਲ ਸਿੰਘ ਪਿੰਡਰਾਲੇ ਬਹੁਤ ਵੱਡੀ ਸ਼ਖਸੀਅਤ ਸੀ ਤੂੰ ਤਾਂ ਲੱਖਾਂ ਕਰੋੜਾਂ ਜਨਮਾਂ ਚ ਨਹੀਂ ਉਹਨਾਂ ਵਰਗਾ ਬਣ ਸਕਦਾ ਉਹ ਸੰਤ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਸੀ ਮੁੱਖ ਮੰਤਰੀ ਬਣ ਜਾਓ ਸੂਬਾ ਸੰਭਾਉਂਦੀ ਸੀ ਸਾਰਾ ਕੁਛ ਦਿੰਦੇ ਸੀ ਧਨ ਜਾਇਦਾਦ ਬਾਹਰੇ ਭੇਜਦੇ ਸੀ ਆ ਤੇਰੇ ਵਰਗਿਆਂ 5-7 ਹਜ਼ਾਰ ਤੇ ਵਿਕ ਜਾਣ ਸੰਤਾਂ ਦੇ ਕਿਰਦਾਰ ਦੀ ਰੀਸ ਤੂੰ ਕਰੇਗਾ ਸੰਤ ਜਰਨੈਲ ਸਿੰਘ ਸਾਡਾ ਯੋਧਾ ਸੀ ਤੇ ਯੋਧਾ ਰਹੂਗਾ ਇਹ ਉਸ ਸਰਕਾਰ ਨੇ ਦੇਖਣਾ ਸੀ ਇੰਦਰਾ ਪਾਪੜ ਨੇ ਦੇਖਣਾ ਸੀ
कि बेदोसियां नूं क्यों मारना, गुरु घरां च फौजां क्यों चढ़नियां ने, ते तैनूं मैं दसदा। उसे दिन 26 गुरु घरां ते हो अटैक होए सी, उत्थे तां संत जरनैल सिंह भिंडरां वाले नहीं सी। तैनूं दसदा, इह सानूं खत्म करना चाहुंदे सी आ सेंटर दी कांग्रेस सरकार, पर साडी कौम योधिआं दी है, तेरे अर्गे गदारां दी नहीं। असीं संत जरनैल सिंह दे वारस आ। तेनू दसदा कि जबान संभाल के बोल, जबान संभाल के बोल। जे ज्यादा तत्ता है तो टाइम पाके आ जा, जिथे तेरा जी कर दे दस दे। कल्ले नू कल्ला टक्करना ता जी, टाइम पाके आना टाइम पाके आ जी। तेनू खुली छुट्टी है, पर आप भौंकना आपकी गंदी जबान चो साडे शहीदां बारे। जे कट्टा कट्टी कढ़नी है तो जदों मर्जी आ जी, पर असी ना संतां बारे सुन सकते हैं ते ना उस निर्दोष बंदा जिहड़ा इन्हां गुंडियां ने साडा भरा मूसे वाला मारता सी, ना उहदे बारे सुन सकते हैं। वैसे तो तेरी कोई औकात नहीं, क्योंकि तैं बहुत सारे बारे बोल के देख लिया, तेनू पता है, तेनू तेरा कोई जवाब नहीं दिंदा, क्योंकि तेनू कोई कुछ बिजदी नहीं। जिहड़े बंदे दा लेवल ही ना होवे उहनू कदे असी भी जवाब नहीं दिता, पर जदों तू संतां बारे जा उस साडे भरा दे कातल ते मरे हुए ते रोटियां सेकण लग जाए, संत जरनैल सिंह नूं बुरा भला बोलन लग जाए, तां फिर सबक सिखाउणे भी आउंदे ने ते सानू बोलना भी आउंदा। तैनू इहो जिहा सबक सिखावांगे तू घरों बाहर नहीं निकलना, गल्लां करदा तू संतां दीआं। संत जरनैल सिंह ने पानी पाती सी सेंटर दी सरकार, ते तू तू 5-7 हजार दी, सिर्फ 5-7 हजार दी मार है। एजेंसियां दा दलाल बंदा तू, RSS दा दलाल बंदा तू, ते तू तां पंजाब च लांबू लाउण ते लग्गिया होया यार। साडा 9 माह दा रिश्ता मजदूरां नाल, जिमीदारां ते मजदूरां दा, ते तू जट 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 सारा दिन पागलां वांगू बोली जांदा, उहदा इलाज करा लै, नहीं फिर तेरा इलाज असीं करांगे। ते मैं प्रशासन नूं भी कहना चाहुंदा कि जां तां इहदे मूंह ते पा दो छकली, नहीं फिर मूंह बंद असीं करावांगे, गल याद रखियो। ते बाद दे विच फिर तुसीं परचे दिओगे, बाद दे विच सानूं बखवादी अत्तवादी कहण लग जांदे हो, जां तां इहनूं चुप करा लो, इहनूं घरे बिठा दो, इहदे परचा दे के भावनावां नूं भड़काउण दा इहनूं अंदर कर दो, नहीं फिर मूंह बंद असीं आपदे तरीके नाल करांगे। यार इहो जिहियां खच्चां बोलणगियां हुण संतां बारे, हमेशा सानू गदारां ने मारिया, ऐदां दे बंदे RSS ने साडे फिट किते, पग्गां बन के दाड़ियां रख के उड़दे फिरदे आ यार। संत जरनैल सिंह जिहड़े कि साडी सिख कौम नू प्यार करदे सी, गुरु ग्रंथ साहिब नू प्यार करदे सी, सूरमे पैदा कीता उस इंसान ने, सेंटर दी सरकार नू दस्सिया कि सानू साडे हक दिओ। आनंदपुर साहिब दा मता पढ़ के देखी, पता लग जूगा संत जरनैल सिंह दी की लड़ाई सी सेंटर दी सरकार नाल। तू रीस कर लेगा, जिहड़ा आउंदा यार सारे बंदे सिखां ते आ बोलदे आ यार। मैं कहना चाहुंदा जात पात कोई नहीं, बाबा नानक सानू इक बना के गया, इस डंगर डाक्टर तो बच के रहो, जिहड़े मेरे मजदूर भाईचारे ने, आपां सब इकां, इको खून है साडे च, असीं उन्हां शहीदां दे वारस हां जिहड़े शहीदां नूं इह अज निंद रहा है। क्यों? क्योंकि सिक्योरिटी भालदा है। मैं सरकार नूं भी कहना चाहुंदा कि सिखां दे खिलाफ बोल के साडे शहीदां दे खिलाफ बोल करने सी, इहनां नूं अंदर धक्कना सी इहो जिहे ते, पर एक दो दिनां दे विच तुहानूं सिक्योरिटी दिंदे दिखा दूंगा मैं। ते मैं डाक्टर नूं चेतावनी देना चाहुंदा कि जिथे मर्जी जदों जी करदा टाइम पाली तेनूं दस दांगे वी असीं कौण हुंदे आ, तेरे अर्गियां खच्चां बहुत फिरदियां ने, टाइम पा के आ जी जदों मर्जी, बोल के अंदर वड़ जांदा। सिखां दीआं भावनावां नूं भड़का रहा तू, तू पूरे पंजाब दा गंद ते RSS एजेंसियां ने तेनू पंजाब दे विच अग लाउण वास्ते कहा होया है,
ਪੰਜਾਬ ਨੂੰ ਮਚਾਉਣ ਦੇ ਲਈ ਕਿਹਾ। ਦੁਬਾਰੇ 1984 ਦਹਰਾਉਣਾ ਚਾਹੁੰਦੇ ਹੋ ਤੁਸੀਂ? ਏਜੰਸੀਆਂ ਦੇ ਬੰਦੇ ਹੋ, ਏਜੰਸੀਆਂ ਦੇ ਇਹੋ ਜਿਹੇ ਲਾਂਤਾਂ ਪਾਓ ਪੰਜਾਬੀਓ। ਦੱਸੋ ਕਿ ਅਸੀਂ ਇੱਕਾਸੀ ਜਾਤਾਂ ਪਾਤਾਂ ਦੇ ਵਿੱਚ ਨਹੀਂ ਵੰਡੇ ਹੋਏ। ਜਿਹੜੇ ਗੁਰੂ ਦੇ ਸਿੱਖ ਨੇ ਉਹ ਜਾਤਾਂ ਪਾਤਾਂ ਨੂੰ ਨਹੀਂ ਮੰਨਦੇ ਤੇ ਨਾ ਹੀ ਕਿਸੇ ਜਾਤ ਦਾ ਵਿਰੋਧ ਕਰਦੇ ਆ, ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ। ਜਾਤਾਂ ਪਾਤਾਂ ਹੈ ਨਹੀਂ, ਗੁਰੂ ਨਾਨਕ ਦੇ ਸਿੱਖ ਹਾਂ। ਤੇ ਇਹ ਬੰਦਾ ਇਹ ਰੋਟੀਆਂ ਸੇਕਦਾ ਸਾਡੇ ਤੇ, ਇਹ ਸਾਨੂੰ ਆਪਸ ਦੇ ਵਿੱਚ ਲੜਾ ਰਿਹਾ। ਇਸ ਕਰਕੇ ਭਰਾਵੋ ਜਾਗੋ। ਤੇ ਅੱਜ ਤਾਂ ਇਹ ਜਮੀ ਸਿਰੇ ਹੀ ਲਾਤਾ ਕੰਮ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਂਗਲ ਚੱਕੀ ਹੈ। ਤੇ ਮੈਂ ਹੁਣ ਪੁੱਛਣਾ ਚਾਹੁੰਦਾ ਭਗਤਾਂ ਨੂੰ ਕਿ ਜਦੋਂ ਸਿਮਰਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਕੁਛ ਕਿਹਾ ਸੀ, ਮੈਂ ਤਾਂ ਹੀਰੋ ਮੰਨਦਾ, ਪਰ ਉਹ ਉਹਨਾਂ ਦੀ ਉਹ ਸੀ। ਤੇ ਅੱਜ ਬੋਲੋ ਨਾ, ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆ ਖੱਚ ਡਾਕਟਰ ਕੀ ਕੁਛ ਬੋਲ ਰਿਹਾ, ਅੱਜ ਕਰੋ ਵਿਰੋਧ। ਜੇ ਲੱਤਾਂ 'ਚ ਦਮ ਹੈ ਬੋਲੋ ਜੁਰਤਾਂ ਨਾਲ, ਜਾਂ ਸਿਰਫ ਮੰਜੀ ਠੋਕਦੀ ਤੁਹਾਡੀ ਸੰਗਰੂਰ ਤੋਂ ਸਿਮਰਜੀਤ ਮਾਨ ਨੇ, ਜਾਂ ਨਫ਼ਰਤ ਹੀ ਕਰਨਾ ਜਾਣਦੇ ਹੋ। ਅੱਜ ਬੋਲਣਗੀਆਂ, ਅੱਜ ਬੋਲਿਓ, ਪਤਾ ਲੱਗੂ ਲੱਤਾਂ 'ਚ ਜਾਨ ਹੋਊਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਨੇ ਸਾਡੀ ਕੌਮ 'ਚ ਯੋਧੇ ਪੈਦਾ ਕੀਤੇ, ਜਿਨ੍ਹਾਂ ਨੇ ਸਾਨੂੰ ਸਿਖਾਇਆ ਹੱਕ ਲੈਣੇ ਸਿਖਾਇਆ, ਤੇ ਅੱਜ ਪਤਾ ਲੱਗੂ ਕਿੰਨੇ ਕੁ ਬੋਲਦੇ ਆ, ਜਾਂ ਫਿਰ ਕੱਲੀ ਨਫ਼ਰਤ ਦੀ ਰਾਜਨੀਤੀ ਕਰਨਾ ਜਾਣਦੇ ਹੋ। ਦਿਓ ਡਾਕਟਰ ਨੂੰ ਜਵਾਬ ਕਿ ਅਸੀਂ ਜਿਉਂਦੇ ਹਾਂ, ਅਸੀਂ ਜਾਗਦੇ ਹਾਂ, ਸਾਡੀਆਂ ਜ਼ਮੀਰਾਂ ਜਾਗਦੀਆਂ ਨੇ, ਜਾਂ ਫਿਰ ਸਿਰਫ ਥੱਲੀ ਲੱਗਣਾ ਜਾਣਦੇ ਹੋ। ਪਤਾ ਲੱਗ ਜੂਗਾ ਕਿੰਨੇ ਕੁ ਬੋਲੋਗੇ, ਲੱਤਾਂ 'ਚ ਦਮ ਹੈ ਜਾਂ ਹੈ ਨਹੀਂ। ਪਰ ਤੁਹਾਡੇ ਵੱਸ ਦੀਆਂ ਗੱਲਾਂ ਨਹੀਂ ਇੱਥੇ ਬੋਲਣਾ, ਸੰਤਾਂ ਬਾਰੇ ਨਹੀਂ ਤੁਸੀਂ ਬੋਲ ਸਕਦੇ। ਅੱਜ ਫਿਰ ਉਸ ਖੱਚ ਡਾਕਟਰ ਨੇ, ਵਰਿੰਦਰ ਨੇ, ਲੁਧਿਆਣੇ ਵਾਲੇ ਨੇ ਅੱਜ ਫਿਰ ਖੱਚ ਭੋਰਤੀ। ਪੰਜਾਬੀਓ, ਕੁਝ ਕਰਨਾ ਪੈਣਾ, ਇਸ ਡਾਕਟਰ ਨੂੰ ਸਬਕ ਸਿਖਾਉਣਾ ਪੈਣਾ। ਪਹਿਲਾਂ ਤਾਂ ਮੈਂ ਅਪੀਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਸਾਡਾ ਪ੍ਰਸ਼ਾਸਨ ਸੁੱਤਿਆ ਪਿਆ। ਜਦੋਂ ਟਕਰਾਅ ਹੋ ਗਿਆ, ਜਦੋਂ ਆਪਸ ਦੇ ਵਿੱਚ ਕਾਤਲ ਹੋ ਗਏ, ਗੋਲੀਆਂ ਚੱਲ ਗਈਆਂ, ਫਿਰ ਇਹ ਪ੍ਰਸ਼ਾਸਨ ਸਿੱਖਾਂ ਨੂੰ ਚੱਕ ਕੇ ਅੰਦਰ ਦੇ ਦੂ, 302 ਦਾ ਪਰਚਾ ਦੇਊ। ਪਹਿਲਾਂ ਪਟਿਆਲੇ ਘਟਨਾ ਹੋਈ ਹੈ, ਪਰਵਾਨਾ ਹਜੇ ਤੱਕ ਅੰਦਰ ਬੈਠਾ। ਪਰ ਜਦੋਂ ਸਿੱਖਾਂ ਨੂੰ ਭੜਕਾਉਣ ਵਾਲੇ ਬੰਦੇ, ਸਿੱਖਾਂ ਨੂੰ ਗਲਤ ਬੋਲਣ ਵਾਲੇ ਬੰਦੇ, ਤੁਸੀਂ ਪਹਿਲਾਂ ਨੱਥ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ? ਬਈ, ਨੱਥ ਪਾਉਣੀ ਚਾਹੀਦੀ ਹੈ ਪਹਿਲਾਂ ਪ੍ਰਸ਼ਾਸਨ ਨੂੰ, ਤੇ ਫਿਰ ਤੁਸੀਂ ਨਿਰਦੋਸ਼ਿਆਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਛਾੜ ਦਿੰਦੇ ਹੋ। ਆ ਡਾਕਟਰ ਜਿਹੜੇ ਨੇ ਅੱਜ ਬਹੁਤ ਵੱਡੀ, ਮੈਂ ਤੁਹਾਨੂੰ ਦਿਖਾ ਦਾ, ਕਿਉਂਕਿ ਇਹਦੇ ਪੱਲੇ ਇਹੀ ਹੈ, ਕਿਉਂਕਿ ਇਹ ਸਰਕਾਰ ਤੋਂ ਸਿਕਿਉਰਿਟੀ ਲੈਣੀ ਚਾਹੁੰਦਾ, ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਡਰ ਹੈ, ਮੇਰੀ ਜਾਨ ਨੂੰ ਖਤਰਾ ਹੈ। ਆ ਜਦੋਂ ਭੋਰੇਗਾ, ਇਹੋ ਜਿਹਾ ਗੰਦ ਮੰਦ ਬੋਲੇਗਾ, ਤੇ ਫਿਰ ਡਰ ਹੋਣਾ ਹੀ ਹੈ, ਫਿਰ ਸਿੱਖਾਂ ਨੂੰ ਗਲਤ ਠਹਿਰਾਇਆ ਜਾਊ। ਇਹ ਧੱਕਾ ਕਰਦੇ ਆ ਜੀ, ਇਹ ਤੇ ਤਲਵਾਰਾਂ ਦਿਖਾਉਂਦੇ ਆ ਜੀ, ਇਹ ਐਂ ਕਰਦੇ ਸੌਦਾ ਲਾਉਣ ਦੀ ਗੱਲ ਕਰਦੇ ਆ ਜੀ, ਤੇ ਫਿਰ ਦੱਸੋ ਕਰਨ ਕੀ? ਜਦੋਂ ਬੈਰੀ ਘਰ ਆ ਕੇ ਲਲਕਾਰਦਾ ਹੋਵੇ, ਸਿਵਿਆਂ 'ਚ ਪਏ ਸਾਡੇ ਪੁੱਤਾਂ ਨੂੰ ਇਹ ਬੰਦਾ ਥਲਦਾ ਹੋਵੇ, ਮਾਵਾਂ ਦੇ ਕਲੇਜੇ ਦੇ ਟੁਕੜਾ, ਜਿਹੜਾ ਸਿੱਧੂ ਮੂਸੇਵਾਲਾ ਸੀ ਉਹ ਇੱਕ ਮਾਂ ਦਾ ਨਹੀਂ, ਪੂਰੀ ਦੁਨੀਆ 'ਚ ਮਾਵਾਂ ਵਸਦੀਆਂ ਨੇ ਜਿਹੜੀਆਂ ਉਹਨੂੰ ਯਾਦ ਕਰਦੀਆਂ ਨੇ, ਤੇ ਬੰਦਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ। ਇੱਕ ਡਾਕਟਰ ਹੈ ਜਿਹੜਾ ਜਾਤ ਪਾਤ ਦੇ ਵਿੱਚ ਸਾਨੂੰ ਵੰਡ ਰਿਹਾ ਯਾਰ, ਮਜ਼ਦੂਰਾਂ ਤੇ ਜੱਟਾਂ ਦੇ ਆਪਸ ਵਿੱਚ ਨਫ਼ਰਤ ਫੈਲਾ ਰਿਹਾ। ਕਿੱਥੇ ਪ੍ਰਸ਼ਾਸਨ, ਕਿੱਥੇ ਸਰਕਾਰ? ਕਿ ਇਸ ਬੰਦੇ ਤੇ ਕੋਈ ਪਰਚਾ ਨਹੀਂ ਹੋ ਸਕਦਾ? ਜਾਂ ਇਕੱਲੇ ਨਿਰਦੋਸ਼ਾਂ ਦੇ ਪਰਚੇ ਦੇਣਾ ਜਾਣਦੇ ਹੋ, ਝੂਠੇ ਪਰਚੇ ਕਰਾਉਣੇ ਜਾਣਦੇ ਹੋ? ਹੁਣ ਕਿੱਧਰ ਗਈਆਂ ਸਰਕਾਰਾਂ ਜਿਹੜੀਆਂ ਕਹਿੰਦੇ ਸੀ ਇਨਕਲਾਬ ਲੈ ਕੇ ਆਵਾਂਗੇ, ਫਲਾਣਾ ਲੈ ਕੇ ਆਵਾਂਗੇ? ਆਹ ਦੋ ਦਿਨਾਂ ਨੂੰ ਮੈਂ ਸਿਕਿਉਰਿਟੀ ਦਿੰਦੇ, ਮੈਂ ਦਿਖਾ ਦੂੰ।